हेलो दोस्तों, स्वागत है तुहाडे अपने यूट्यूब चैनल स्टार डिजिटल पंजाब विच। इहदे विच तुसीं घर बैठे वख-वख जानकारियां साडे कोलों हासिल करदे रहिंदे हो। सो दोस्तों, जिहड़े दोस्त अज साडे यूट्यूब चैनल ते नवें आए ने, उह चैनल दे सामने लगे सबसक्राइब बटन नूं दबा के बैल आइकन ते जरूर सैट कर लैण, तां जो हर एक वीडियो दी अपडेट उहनां तक साडी सब तों पहलां पहुँच सके। दोस्तों, गल कर रहे हां बी आर ओ दीआं वैकेंसीआं आईआं ने 567 ਅਤੇ ਇਹਦੇ ਵਿੱਚ ਜਿਹੜੇ ਔਫਲਾਈਨ ਫੋਰਮ ਜਿਹੜੇ ਨੇ ਉਹ ਭਰੇ ਜਾਣੇ ਨੇ। ਤੁਸੀਂ ਕਿਸੇ ਵੀ ਔਫਲਾਈਨ ਫੋਰਮ ਦੇ ਵਿੱਚ ਜਿਹੜਾ ਵੀ ਕੋਈ ਦੁਕਾਨਦਾਰ ਅਪਲਾਈ ਕਰਦਾ ਹੈ, ਉੱਥੇ ਜਾ ਕੇ ਇਹ ਜਿਹੜਾ ਫਾਰਮ ਹੈ ਉਹ ਲੈ ਸਕਦੇ ਹੋ। ਬਾਰਡਰ ਰੋਡ ਔਰਗੇਨਾਈਜੇਸ਼ਨ ਹੈ ਜਿਹੜਾ ਇਹ ਵਿਭਾਗ ਹੈ, ਇਹਦੇ ਵਿੱਚ ਐਪਲੀਕੇਸ਼ਨ ਫੀਸ ਜਿਹੜੀ ਰਹਿਣ ਵਾਲੀ ਹੈ 50 ਰੁਪਏ ਜਨਰਲ ਓ ਬੀ ਸੀ ਈ ਡਬਲਿਊ ਐੱਸ ਐਕਸ ਸਰਵਿਸਮੈਨ ਲਈ ਨਿਰਧਾਰਿਤ ਕੀਤੀ ਗਈ ਹੈ। ਐੱਸ ਸੀ ਐੱਸ ਟੀ ਪੀ ਡਬਲਿਊ ਡੀ ਲਈ ਕੋਈ ਫੀਸ ਨਹੀਂ ਹੈ। पेमेंट मोड जिहड़ा इहदा ऑनलाइन ही रहेगा। तो जिहड़ी लास्ट डेट है इहदी, इह एप्लीकेशन 45 दिन दे अंदर अंदर जिहड़ियां पहुँच जाणियां चाहीदियां ने विभाग नूं। एज लिमिट की जेकर गल करिए 18 साल तो मिनीम जिहड़ी एज है वह रखी गई है। मैक्सीम एज जिहड़ी है सीरीयल नंबर 1 से 4 तक 27 साल रखी गई है। तो मैक्सीम एज लिमिट जिहड़ी सीरीयल नंबर 5 से 8 तक 25 साल जिहड़ी है निर्धारित की गई है। उम्र हद च छूट जिहड़ी है गौरमेंट के रूलों मुताबक ही तुहानूं मिलनी है। वैकेंसी डिटेल हुण दसदे आं तुहानूं, सीरीयल नंबर की है इहदा भी जानकारी जिहड़ी है तुहाडे नाल सांझी करांगे। 1 नंबर ते सीरीयल नंबर ते रेडियो मकैनिक आंदे ने, 2 इहदियां टोटल वैकेंसीआं ने, ते 2 नंबर ते ऑपरेटर कम्युनिकेशन आंदी है। ਇਹਦੀਆਂ 154 ਜਿਹੜੀਆਂ ਨੇ ਉਹ ਪੋਸਟਾਂ ਨੇ। ਅਤੇ 3 ਨੰਬਰ 'ਤੇ ਆਉਂਦਾ ਡਰਾਈਵਰ ਮਕੈਨੀਕਲ ਟਰਾਂਸਪੋਰਟ ਓ ਜੀ, ਇਹਦੀਆਂ 9 ਪੋਸਟਾਂ ਨੇ। ਅਤੇ 4 ਨੰਬਰ 'ਤੇ ਵਹੀਕਲ ਮਕੈਨਿਕ ਆਉਂਦੇ ਨੇ, ਇਹਦੀਆਂ 236 ਪੋਸਟਾਂ ਨੇ। ਅਤੇ 5 ਨੰਬਰ 'ਤੇ ਐੱਮ ਐੱਸ ਡਬਲਿਊ ਡਰਿਲਰ ਆਉਂਦੇ ਨੇ, ਇਹਦੀਆਂ 11 ਪੋਸਟਾਂ ਨੇ। 6 ਨੰਬਰ ਸੀਰੀਅਲ 'ਤੇ ਐੱਮ ਐੱਸ ਡਬਲਿਊ ਮੈਸਨ ਆਉਂਦੇ ਹੈ, ਇਹਦੀਆਂ 149 ਪੋਸਟਾਂ ਨੇ। ਅਤੇ 7ਵੇਂ ਨੰਬਰ 'ਤੇ ਐੱਮ ਐੱਸ ਡਬਲਿਊ ਪੇਂਟਰ ਆਉਂਦੇ ਨੇ, 5 ਇਹਦੀਆਂ ਪੋਸਟਾਂ ਨੇ। 8ਵੇਂ ਨੰਬਰ 'ਤੇ ਐੱਮ ਐੱਸ ਡਬਲਿਊ ਮੈਸ ਵੇਟਰ ਆਉਂਦੇ ਨੇ, ਇਹਦੀ 1 ਪੋਸਟ ਹੈ। ਇਹਨਾਂ ਸਾਰੀਆਂ ਵੈਕੰਸੀਆਂ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਮੈਟ੍ਰੀਕੁਲੇਸ਼ਨ ITI ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਬਾਕੀ 10ਵੀਂ ਪਾਸ ਅਤੇ ITI ਦਾ ਸਰਟੀਫਿਕੇਟ ਤੁਹਾਡੇ ਕੋਲ ਗੌਰਮੈਂਟ ਦਾ ਅਪਰੂਵਡ ਕੀਤਾ ਹੋਇਆ ਹੋਣਾ ਜ਼ਰੂਰੀ ਹੈ। ਇਹਦੀ ਡਿਟੇਲ ਨੋਟੀਫਿਕੇਸ਼ਨ ਤੁਸੀਂ ਚੈੱਕ ਕਰਨੀ ਹੈ, ਡਿਸਕ੍ਰਿਪਸ਼ਨ ਤੁਹਾਨੂੰ ਇਹਦਾ ਲਿੰਕ ਮਿਲ ਜਾਵੇਗਾ। ਸ਼ੋਰਟ ਨੋਟੀਫਿਕੇਸ਼ਨ ਕਦੋਂ ਹੈ ਇਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਾਵਾਂਗੇ। ਆਫੀਸ਼ੀਅਲ ਵੈਬਸਾਈਟ 'ਤੇ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕੀਤਾ ਜਾਵੇਗਾ। ਸੋ ਇਸੇ ਤਰ੍ਹਾਂ ਦੀਆਂ ਹੋਰ ਵੱਡੀਆਂ ਅਪਡੇਟਾਂ, ਵੱਡੀਆਂ ਨੌਕਰੀਆਂ ਬਾਰੇ ਜਾਣਕਾਰੀ, ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਅਸੀਂ ਆਪਣੇ ਚੈਨਲ 'ਤੇ ਨਿਤਦਿਨ ਲੈ ਕੇ ਆਉਂਦੇ ਰਹਿੰਦੇ ਹਾਂ। ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰਨਾ ਹੋਵੇਗਾ ਵੱਧ ਤੋਂ ਵੱਧ ਸ਼ੇਅਰ। ਮਿਲਦੇ ਹਾਂ ਕੱਲ੍ਹ ਇੱਕ ਨਵੀਂ ਅਤੇ ਅਗਲੀ ਅਪਡੇਟ ਲੈ ਕੇ ਜਲਦੀ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।